ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਲੇਖ ਰਾਏ ਭਿਆਣਾ, ਡਿਵੈਲਪਮੈਂਟ ਮੈਨੇਜਰ ਨੋਰਥ ਹੈਡ ਸੁਮਿਲ ਕੈਮੀਕਲ ਬੋਮਬੇ ਦੀ, ਜੋ ਇੰਡੀਅਨ ਮਲਟੀਨੈਸ਼ਨਲ ਕੰਪਨੀ ਹੈ। ਮੈਂ ਅਤੇ ਮੇਰੇ ਸਾਥੀ ਮਿਸਟਰ ਅੰਕਿਤ ਕੁਮਾਰ, ਹੈੱਡਕੁਆਟਰ ਸਿਰਸਾ, ਅੱਜ ਦੋਨੋਂ ਅਸੀਂ 8/1/2019 ਨੂੰ ਸਰਦਾਰ ਬਲਜਿੰਦਰ ਸਿੰਘ ਜੀ, ਪਿਤਾ ਜੀ ਦਾ ਨਾਮ ਸਰਦਾਰ ਗੁਰਦੇਵ ਸਿੰਘ ਜੀ, ਪਿੰਡ ਮੱਲੇਵਾਲਾ, ਤਹਿਸੀਲ ਐਂਡ ਡਿਸਟ੍ਰਿਕਟ ਬਠਿੰਡਾ ਦੇ ਵਿੱਚ ਅੱਜ ਅਸੀਂ ਇਹਨਾਂ ਦੇ ਖੇਤ ਦੇ ਵਿੱਚ ਪਹੁੰਚੇ ਹਾਂ। ਇਹ ਦੋਸਤੋ ਜਿਹੜੀ ਤੁਸੀਂ ਇੱਧਰ ਵਾਲੀ ਪਿੱਛੇ ਕਣਕ ਦੇਖ ਰਹੇ ਹੋ, ਇਹਦੇ ਵਿੱਚ ਸਾਡੇ ਅੰਕਿਤ ਕੁਮਾਰ ਜੀ ਨੇ 22/12/2018 ਨੂੰ 2 ਕਿਲੋ ਜਿੰਦਾ ਜ਼ਬਰਦਸਤ ਜ਼ਿੰਕ ਪਲੱਸ 1.5 ਕਿਲੋ ਕੋਸਾ ਮਿਲ ਗੋਲਡ ਦਾ 2000 ਸਕੁਅਰ ਮੀਟਰ ਦੇ ਵਿੱਚ, ਯਾਨੀ ਕਿ ਅੱਧੇ ਕਿੱਲੇ ਦੇ ਵਿੱਚ ਇਹਨਾਂ ਨੇ ਮਿੱਟੀ ਦੇ ਵਿੱਚ ਮਿਲਾ ਕੇ ਛਿੱਟਾ ਦਿਵਾਇਆ ਸੀ। ਅੱਜ ਅਸੀਂ 8/1/2019 ਨੂੰ ਇਹਨਾਂ ਦੇ ਖੇਤ ਦੇ ਵਿੱਚ ਦੁਬਾਰਾ ਪਹੁੰਚੇ ਹਾਂ ਅਤੇ ਬਾਈ ਜੀ ਕੋਲ ਪੁੱਛਦੇ ਹਾਂ ਵੀ ਜਿੱਥੇ ਆਪਾਂ ਕੋਸਾ ਮਿਲ ਗੋਲਡ ਅਤੇ ਜਿੰਦਾ ਜ਼ਿੰਕ ਪਾਈ ਹੈ ਅਤੇ ਜਿੱਥੇ ਨਹੀਂ ਪਾਈ, ਉਹਨਾਂ ਦੋਨਾਂ ਦੇ ਵਿੱਚ ਤੁਹਾਨੂੰ ਕੀ ਫਰਕ ਨਜ਼ਰ ਆ ਰਿਹਾ? ਸਤਿ ਸ਼੍ਰੀ ਅਕਾਲ ਬਾਈ ਜੀ। ਇਹ ਵੀਰ ਮੇਰੇ ਥੋੜ੍ਹੇ ਉੱਚਾ ਬੋਲਿਆ ਜੀ, ਇਹ ਜਿਹੜੇ ਬੂਟੇ ਪੱਟੇ ਆਪਾਂ ਤੁਹਾਡੇ ਸਾਹਮਣੇ ਪੱਟੇ ਹੈ, ਠੀਕ ਹੈ ਜੀ, ਇਹਦੇ ਵਿੱਚ ਜਿਹੜੀ ਹੈਗੀ ਹੈ ਇਹ ਵਿਦਆਊਟ ਇਹ ਕੰਟਰੋਲ ਹੈ, ਯਾਨੀ ਕਿ ਇਹਦੇ 'ਤੇ ਕੁਛ ਨਹੀਂ ਪਾਇਆ ਅਤੇ ਇਹਦੇ ਵਿੱਚ ਜਿਹੜਾ ਹੈਗਾ ਆਪਾਂ ਜਿੰਦਾ ਪਲੱਸ ਕੋਸਾ ਮਿਲ ਗੋਲਡ ਦਾ ਟਰਾਇਲ ਲਾਇਆ ਸੀ, ਠੀਕ ਹੈ। ਹੁਣ ਤੁਸੀਂ ਇਹ ਦੱਸੋ ਵੀ ਇਹਨਾਂ ਦੋਨਾਂ ਦੇ ਵਿੱਚ ਤੁਹਾਨੂੰ ਕੀ ਫਰਕ ਨਜ਼ਰ ਆ ਰਿਹਾ? ਇਹਦੇ 'ਚ ਜੀ ਪੂਰਾ ਫਰਕ ਹੈਗਾ, ਇਹਦੇ ਜੜ੍ਹਾਂ ਵੀ ਲੰਬੀਆਂ ਜੀ। ਇੱਕ ਤਾਂ ਜੜ੍ਹਾਂ, ਨੰਬਰ ਇੱਕ ਤਾਂ ਇਹ ਕਹਿ ਰਹੇ ਵੀ ਜੜ੍ਹਾਂ ਜਿਹੜਾ ਹੈਗਾ ਸੈਕੰਡਰੀ ਰੂਟਸ ਡਿਵੈਲਪਮੈਂਟ, ਜੜ੍ਹਾਂ ਦਾ ਜਿਹੜਾ ਜਾਲਾ ਹੈਗਾ ਉਹ ਜ਼ਿਆਦਾ ਹੈਗਾ, ਬੂਝਾ ਮਾਰ ਗਿਆ ਜੀ। ਇਹਨੇ ਸ਼ਾਖਾਂ ਵੀ ਜ਼ਿਆਦਾ ਕੱਢੀਆਂ ਜੀ, ਇਹਦੀ ਸ਼ਾਖਾ ਵੀ ਜ਼ਿਆਦਾ ਹੈਗੀਆਂ ਇਹਦੇ ਨਾਲ, ਠੀਕ ਹੈ ਜੀ। ਜੜ੍ਹਾਂ ਵੀ ਘੱਟ ਹੈ ਜੀ ਅਤੇ ਸ਼ਾਖਾਵਾਂ ਵੀ ਘੱਟ ਹੈ, ਘੱਟ ਹੈ ਜੀ। ਹਾਂ, ਅਤੇ ਰੰਗ ਮੈਂ ਵੀ ਪਰਿਵਰਤਨ ਹੈ ਦੋਨੋਂ ਮੈਂ, ਕੱਦ ਦੇ ਵਿੱਚ, ਕੱਦ ਦੇ ਵਿੱਚ ਵੀ ਫਰਕ ਹੈ ਜੀ, ਕੱਦ ਜ਼ਿਆਦਾ ਹੈ, ਕੱਦ ਜ਼ਿਆਦਾ ਹੈ ਜੀ ਉਹਦਾ। ਤੇ ਰੰਗ ਦੇ ਵਿੱਚ ਵੀਰ ਮੇਰੇ ਦੋਨਾਂ ਦੇ, ਅਗਰ ਤੁਸੀਂ ਰੰਗ ਦਾ ਧਿਆਨ ਨਾਲ ਦੇਖੋ ਤਾਂ ਰੰਗ ਕਹਿੰਦਾ ਜ਼ਿਆਦਾ ਹਰਾ ਲੱਗਦਾ ਹੈ, ਰੰਗ ਇਹਦਾ ਜ਼ਿਆਦਾ ਹਰਾ ਲੱਗਦਾ ਹੈ ਤੇ ਪੱਤੇ ਦੀ ਚੌੜਾਈ ਦੇ ਵਿੱਚ ਤੁਸੀਂ ਦੇਖੋ ਤਾਂ ਪੱਤੇ ਦੀ ਚੌੜਾਈ ਦੇ ਵਿੱਚ ਇਹਦਾ ਜ਼ਿਆਦਾ ਹੈ ਜੀ, ਠੀਕ ਹੈ ਜੀ। ਹੁਣ ਜਿਸ ਤਰ੍ਹਾਂ ਇਹਨਾਂ ਆਪਣੇ ਸਰਦਾਰ ਬਲਜਿੰਦਰ ਸਿੰਘ ਜੀ ਦਾ ਕਹਿਣਾ ਇਹ ਹੈ, ਨੰਬਰ 1 ਜੜ੍ਹਾਂ ਦਾ ਜਾਲਾ ਜ਼ਿਆਦਾ ਹੈਗਾ, ਨੰਬਰ 2 ਜਿਹੜੇ ਹੈਗੇ ਸਟੈਮ ਜਿਹਨੀ ਤਨੇ ਬਹੁਤ ਉਹਦੇ ਨਾਲ ਜ਼ਿਆਦਾ ਹੈਗੀ ਹੈ, ਤੀਜੀ ਗੱਲ ਤਨੇ ਦੀ ਮੋਟਾਈ ਵੀ ਇਹਦੇ ਨਾਲ ਜ਼ਿਆਦਾ ਹੈਗੀ ਹੈ, ਚੌਥੇ ਨੰਬਰ 'ਤੇ ਇਹਦੀ ਜਿਹੜੀ ਹਾਈਟ ਹੈ ਕੱਦ ਹੈ ਉਹ ਵੀ ਇਹਦੇ ਕੰਪੈਰੀਜ਼ਨ ਇਸਦੀ ਜ਼ਿਆਦਾ ਹੈਗੀ ਹੈ ਅਤੇ ਪੱਤੇ ਵੀ ਇਸਦੇ ਚੌੜੇ ਹੈਗੇ ਹੈ, ਠੀਕ ਹੈ। ਇਹੀ ਗੱਲ ਕਹਿ ਰਹੇ ਹੋ ਨਾ, ਅਗਰ ਵੀਰ ਮੇਰੇ ਤਨੇ ਜ਼ਿਆਦਾ ਹੈਗੇ ਆ, ਹਾਈਟ ਜ਼ਿਆਦਾ ਹੈਗੀ ਹੈ, ਅਤੇ ਆਪਾਂ ਘੱਟ ਤੋਂ ਘੱਟ ਕਿੰਨੇ ਕੁ ਮਣ ਦਾ ਝਾੜ ਦੇ ਵਿੱਚ ਵਾਧਾ ਕਰ ਸਕਦੇ ਹਾਂ, ਵੀ ਕਿੱਲੇ ਦੇ ਸਾਣਾ ਕਿੰਨੇ ਕੁ ਮਣ ਝਾੜ ਵੱਧ ਸਕਦਾ? ਇਹਦਾ 10 ਮਣ ਦਾ ਝਾੜ ਵੱਧ ਸਕਦਾ ਹੈ ਕਹਿੰਦੇ, ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਬੂਟੇ ਦੀ। ਅਤੇ ਤੁਸੀਂ ਆਪਦੇ ਵਾਸਤੇ ਅਤੇ ਦੂਜੇ ਜ਼ਿਮੀਂਦਾਰਾਂ ਵਾਸਤੇ ਕੀ ਕਹਿਣਾ ਚਾਹੋਗੇ ਬਈ, ਇਹ ਆਪਾਂ ਨੂੰ ਜ਼ਿਮੀਂਦਾਰਾਂ ਨੂੰ ਚੀਜ਼ਾਂ ਪਵਾਉਣੀਆਂ ਚਾਹੀਦੀਆਂ ਕਿ ਨਹੀਂ ਪਵਾਉਣੀ ਚਾਹੀਦੀ, ਚੰਗੀਆਂ ਚੀਜ਼ਾਂ ਹੈ ਕਿ ਨਹੀਂ ਹੈਗੀਆਂ? ਇਹ ਬਹੁਤ ਵਧੀਆ ਚੀਜ਼ ਹੈ, ਜ਼ਿਮੀਂਦਾਰਾਂ ਨੂੰ ਪਾਉਣੀ ਚਾਹੀਦੀ ਹੈ, ਠੀਕ ਹੈ। ਜਿੱਥੇ ਵੀਰ ਮੇਰੇ ਤੁਸੀਂ ਯੂਰੀਆ ਦੇ 3-3, 4-4 ਗੱਟੇ ਪਾ ਰਹੇ ਹੋ, ਉੱਥੇ ਪਹਿਲਾ ਗੱਟਾ ਯੂਰੀਆ 1 ਗੱਟਾ ਨਹੀਂ ਲੈਣਾ, 30 ਕਿਲੋ ਯੂਰੀਆ ਲੈ ਕੇ 1 ਗਿਲਾਸ ਸਟੀਲ ਦਾ ਪਾਣੀ ਦਾ ਪਾ ਕੇ ਪਹਿਲੇ ਯੂਰੀਆ ਨੂੰ ਗਿੱਲਾ ਕਰ ਲੈਣਾ, ਫਿਰ ਉਹਦੇ ਵਿੱਚ 4 ਕਿਲੋ ਜਿੰਦਾ ਜ਼ਬਰਦਸਤ ਜ਼ਿੰਕ ਪਲੱਸ 3 ਕਿਲੋ ਕੋਸਾ ਮਿਲ ਗੋਲਡ ਦੀ ਥੈਲੀ 1 ਕਿੱਲੇ ਦੇ ਵਿੱਚ ਮਿਲਾ ਕੇ ਤੁਸੀਂ ਖੇਤ ਦੇ ਵਿੱਚ ਛਿੱਟਾ ਦੇ ਦਿਓ। ਜਦੋਂ ਆਪਾਂ ਖੇਤ ਦੇ ਵਿੱਚ ਯੂਰੀਆ ਦਾ ਛਿੱਟਾ ਦਿੰਦੇ ਹਾਂ, ਅਗਰ ਤਕੜੀ ਧੁੱਪ ਨਿਕਲੀ ਉਹਦਾ 2 ਘੰਟੇ ਬਾਅਦ ਦੇਖੋ ਤੁਹਾਨੂੰ ਖੇਤ ਦੇ ਵਿੱਚ ਯੂਰੀਆ ਦਾ 1 ਦਾਣਾ ਵੀ ਨਹੀਂ ਮਿਲੂਗਾ। ਜਦੋਂ ਆਪਾਂ ਇਹਨੂੰ ਉਹਦੇ ਨਾਲ ਮਿਲਾ ਕੇ ਛਿੱਟਾ ਦਿਆਂਗੇ ਜਿੰਦਾ ਜ਼ਬਰਦਸਤ ਜ਼ਿੰਕ ਪਲੱਸ ਕੋਸਾ ਮਿਲ ਗੋਲਡ ਨਾਲ, ਆਪਣੇ ਖੇਤ ਦੇ ਵਿੱਚ ਯੂਰੀਆ 10-12 ਦਿਨ ਤੱਕ ਪਈ ਰਹੂਗੀ, ਹੌਲੇ ਹੌਲੇ ਉਨੀ ਛੱਡੂਗੀ ਜਿੰਨੀ ਕਿ ਬੂਟੇ ਨੂੰ ਲੋੜ ਹੈ, 1% ਵੀ ਤੁਹਾਡੀ ਯੂਰੀਆ ਬੇਕਾਰ ਨਹੀਂ ਹੈ, ਠੀਕ ਹੈ ਵੀਰ ਮੇਰੇ। ਇਹਦੇ ਸਾਡੇ ਡਿਸਟ੍ਰੀਬਿਊਟਰ ਸਾਹਿਬਾਨ ਜਿਹੜਾ ਸਿਰਸਾ ਦੇ ਵਿੱਚ ਹੈਗੇ, ਸੁਨੀਲ ਕੁਮਾਰ, ਸੰਦੀਪ ਕੁਮਾਰ ਜੀ ਹੈਗੇ ਆ, ਜਨਤਾ ਭਵਨ ਦੇ ਵਿੱਚ ਉਹਨਾਂ ਦੀ ਦੁਕਾਨ ਹੈ, ਉੱਥੋਂ ਤੁਸੀਂ ਲੈ ਸਕਦੇ ਹੋ। ਹੋਰ ਦੱਸੋ ਆਪਣੇ ਹੋਰ ਕਿਹੜੇ ਡਿਸਟ੍ਰੀਬਿਊਟਰ ਹੈ ਜੀ? ਅੱਛਾ ਉੱਥੋਂ ਲੈਂਦੇ ਹਾਂ ਜੀ ਅੰਕਿਤ ਜੀ ਤੁਸੀਂ ਵੀ ਨਾਲ ਪਹੁੰਚੇ ਹੋ ਤੁਹਾਡੇ ਸਾਹਮਣੇ ਪਲਾਂਟ ਤੁਹਾਡੇ ਸਾਹਮਣੇ ਉਖਾੜਿਆ ਮੈਨੇ ਪਲਾਂਟ ਹਾਂਜੀ ਜ਼ਮੀਨ ਆਸਮਾਨ ਕਾ ਫਰਕ ਦਿਖਾਈ ਦੇ ਰਿਹਾ ਹੈ ਠੀਕ ਹੈ ਸਹੀ ਹੈ ਸਹੀ ਹੈ ਜੀ ਬਿਲਕੁਲ ਬਲਕਿ ਭਾ
ਮੁਸ਼ਕਿਲ ਹੈ। ਇੱਕ ਚੀਜ਼ ਤੁਹਾਨੂੰ ਹੋਰ ਦੱਸ ਦਈਏ ਕਿ ਜਿੱਥੇ ਆਪਣੇ ਅੰਕਿਤ ਕੁਮਾਰ ਜੀ ਨੇ ਇੱਥੇ ਟਰਾਇਲ ਲਗਾਇਆ, ਇਹਨਾਂ ਨੇ ਥੋੜ੍ਹਾ ਜਿਹਾ ਅੱਗੇ ਦਾ ਏਰੀਆ ਛੋੜਿਆ ਹੈਗਾ, ਬਾਕੀ ਇਹਨਾਂ ਨੇ 9 ਦੇ 9 ਕਿਲਿਆਂ ਦੇ ਵਿੱਚ ਜਿਹੜੀ ਹੈਗੀ ਤੁਸੀਂ ਜਿੰਦਾ ਜ਼ਬਰਦਸਤ ਜਿੰਗ ਅਤੇ ਕੋਲਸਾ ਮਿਲ ਬੋਰਡ ਦਾ ਇਹਨਾਂ ਨੇ ਜਿਹੜੇ ਆਪਣੇ ਖੇਤ ਦੇ ਵਿੱਚ ਇਹਨਾਂ ਨੇ ਪਾ ਵੀ ਲਈ। ਠੀਕ ਹੈ ਜੀ, ਠੀਕ ਹੈ ਵੀਰ ਮੇਰੇ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮਚ।